Что больно? Где же больно ты мог побыть другое? Где же сильно ты? जिस आराधे जम कछु न कहे जिसकी सेवा दे सब किछ लहे राम राम बोले राम सबै कहे सोई कौतुकहार राम कहने में भेद है बोलने बार बार गुरु करे पर बाबा कबीर ने एक सवाल खड़ा कर देते स्पष्ट करने ले तो एक राम कहने में भेद है में एक विचार वो विचारन वाली बाबा कबीर कहने केड़ी चीज सोई राम सबै कहे सोई कत खा खेड़ा खेड़न वाले राम लीला दी खिडारी कत खा वो भी राम राम कहंदे ने ते दुनिया दा हर मनुख भी राम नाल जुड़िया होया है आवे लोदा है ने
राम जपो जी ऐसे ऐसे तू रूप है राम दो नाम आए ने मैं पिछले दिन दर्द की किसी उस गल में तुहाडे लग सानी हुण इह भगत सतयुग विच होया सतयुग विच होया अरे उदों रामचंद्र तां पैदा ही नहीं सी होया ਰੇਤੇ ਵਿੱਚ ਪੈਦਾ ਹੋਇਆ ਧਰੂ ਸਤਯੁਗ ਵਿੱਚ ਪੈਦਾ ਹੋਇਆ ਉਦੋਂ ਕਿਹੜਾ ਰਾਮ ਸੀ ਜਿਹੜਾ ਉਹਨੇ ਸਿਮਰਿਆ ਬਲਕਿ ਪ੍ਰਹਿਲਾਦ ਦੇ ਤਾਂ ਸਾਰੇ ਇਤਿਹਾਸ ਵਿੱਚ ਹੀ ਬਾਰ ਬਾਰ ਇੱਕ ਗੱਲ ਆ ਗਈ ਉਹਨੂੰ ਛੁਡਾਉਣ ਵਾਲੇ ਨੇ ਵੀ ਰਾਮ ਲਫ਼ਜ਼ ਹੀ ਵਰਤਿਆ ਅਤੇ ਆਖਿਆ ਸੰਡੇ ਮਰ ਕੇ ਕਿਹੋ ਜਾਏ ਪ੍ਰਹਿਲਾਦ ਬੁਲਾਏ ਵੇਖਦਾ ਤੂੰ ਰਾਮ ਕਹਿਣ ਦੀ ਛੋੜ ਬਾਤ ਤੇ ਅੱਗੋਂ ਪ੍ਰਹਿਲਾਦ ਨੇ ਵੀ ਇਹੋ ਜਵਾਬ ਦਿੱਤਾ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੋਕੋ ਕਹਾਂ ਸਤਾਓ ਬਾਰ ਬਾਰ ਪ੍ਰਭ ਜਲ ਥਲ ਗਿਰ ਕੇ ਇਹ ਪਹਾੜ ਇੱਕ ਰਾਮ ਨਾ ਛੋਡੋ ਮਾਤਾ ਉਪਦੇਸੀ ਪ੍ਰਹਿਲਾਦ ਪਿਆਰੇ ਪੁੱਤਰ ਰਾਮ ਨਾਮ ਛੱਡੋ ਜੀਓ ਲਿਓ ਬਾਰੇ ਤੇ ਜਵਾਬ ਵਿੱਚ ਵੀ ਹੋ ਰਿਹਾ ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ ਰਾਮ ਨਾਮ ਨਾ ਛੱਡੋ ਉਹ ਕਿਸ ਰਾਮ ਦੀਆਂ ਗੱਲਾਂ ਕਰਦਾ ਸੋਚਣਾ ਪਵੇਗਾ ਹਾਲਾਂਕਿ ਨਸਲ ਦੇ ਮੁਤਾਬਕ ਰਾਕਸ਼ਸ ਖਾਨਦਾਨ ਵਿੱਚੋਂ ਪ੍ਰਹਿਲਾਦ ਰਾਕਸ਼ਸ ਖਾਨਦਾਨ ਵਿੱਚੋਂ ਹੈ ਹਰਨਾਕਸ਼ ਦਾ ਪੁੱਤਰ ਹੈ ਹਰਨਕਸ਼ਨ ਦਾ ਤੇ ਕਿਹੜੀ ਅਜੀਬ ਗੱਲ ਹੈ ਬਲ ਦਾ ਪਿਓ ਤੇ ਬਲ ਜਿਹੜਾ ਉਹ ਸਾਬਤ ਕਰਦਾ ਹੈ ਕਿ ਮੈਂ ਰਾਕਸ਼ਸ ਖਾਨਦਾਨ ਵਿੱਚੋਂ ਕਿਉਂਕਿ ਸ਼ੁਕਰ ਪ੍ਰਭੂਤ ਕਹਿ ਸਮਝਾਵੇ ਦਾ ਬਸ ਸ਼ੁਕਰ ਪ੍ਰਭੂਤ ਰਾਕਸ਼ਾਂ ਦਾ ਬੜੀ ਲੰਬੀ ਸੋਚ ਮੈਂ ਉਸ ਵਿਸਥਾਰ ਵਿੱਚ ਨਾ ਜਾਵਾਂ ਪਰ ਉਹ ਕਿਸ ਰਾਮ ਦੀ ਗੱਲ ਕਰ ਰਿਹਾ ਹੈ ਫਿਰ ਜੇ ਅਸੀਂ ਇਸ ਗੱਲ ਨੂੰ ਵੀ ਡਿਕਲੇਅਰ ਕਰ ਦਿੱਤਾ ਕਲੀਅਰ ਕਰ ਦਿੱਤਾ ਬਾਣੀ ਦੇ ਪ੍ਰਮਾਣ ਦੇ ਕੇ ਵੀ ਪੁਰਾਤਨ ਹਿਸਟਰੀ ਦੇ ਵੀ ਸਾਡਾ ਰਾਮ ਰਾਮਚੰਦਰ ਨੇ ਮੰਨ ਲਓ ਇੱਥੇ ਰੁਕਣਾ ਚਾਹੀਦਾ ਕਹਿੰਦੇ ਆ ਸਟੇਜਾਂ 'ਤੇ ਗੱਲ ਆਉਂਦੀ ਹੈ ਕਈ ਵਾਰ ਇਹੋ ਜਵਾਬ ਹੁੰਦਾ ਵੀ ਸਾਡਾ ਰਾਮ ਉਹਨੇ ਹਾਲਾਂਕਿ ਸਾਡੇ ਕੁਛ ਭੁੱਲੜ ਵੀ ਅਤੇ ਕਮਜ਼ੋਰ ਦਿਲ ਸਿੱਖ ਲਿਬਾਸ ਵਿੱਚ ਵੀ ਪਿਛਲੇ ਦਿਨਾਂ ਵਿੱਚ ਤੁਸੀਂ ਵੇਖਿਆ ਦਿੱਲੀ ਵਾਲਾ ਸੱਜਣ ਉੱਥਾ ਉੱਪਰ ਉਹਨੇ ਸਟੇਜ 'ਤੇ ਉਹਨਾਂ ਦੀ ਸਟੇਜ 'ਤੇ ਜਾ ਕੇ ਆਖਿਆ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਵਾਰ ਰਾਮ ਰਾਮ ਲਫ਼ਜ਼ ਆਇਆ ਉਹ ਰਾਮਚੰਦਰ ਦੇ ਸੰਬੰਧ ਵਿੱਚ ਸਾਡੀ ਪਰ ਚਲੋ ਮੈਂ ਜਿੱਥੇ ਪੁੱਜਣਾ ਚਾਹੁੰਦਾ ਜ਼ਰਾ ਸੋਚਣਾ ਵੀ ਅਸੀਂ ਵਾਰ ਵਾਰ ਡਿਕਲੇਅਰ ਕਰ ਚੁੱਕੇ ਹਾਂ ਕਿ ਸਾਡਾ ਰਾਮ ਬਾਣੀ ਵਿੱਚੋਂ ਵੀ ਕਹਿ ਦਿੱਤਾ ਸੋਈ ਰਾਮ ਸਭਾ ਕਹਿ ਸੋਈ ਕੌਤਕਾਰ ਇਤਿਹਾਸ ਨੇ ਪੁਰਾਤਨ ਹਿਸਟਰੀ ਨੇ ਵੀ ਸਾਬਤ ਕਰ ਦਿੱਤਾ ਵੀ ਧਰੂ ਪਹਿਲਾਂ ਸਤਯੁਗ ਦੇ ਨੇ ਇਹ ਰਾਮ ਬਾਅਦ ਵਿੱਚ ਪੈਦਾ ਹੋਇਆ ਇਹ ਰਾਮ ਜਿਹੜਾ ਆਦ ਸੱਚ ਜੁਗਾਦ ਸੱਚ ਨਹੀਂ ਉਹ ਆਦ ਸੱਚ ਜੁਗਾਦ ਸੱਚ ਹੈ ਦੋਵਾਂ ਵਿੱਚ ਫਰਕ ਉਹ ਹਮੇਸ਼ਾ ਰਹਿੰਦਾ ਇਹ ਹਮੇਸ਼ਾ ਇਹ ਸਿਰਫ ਤ੍ਰੇਤੇ ਵਿੱਚ ਹੀ ਆਉਂਦਾ ਚਲੇ ਜਾਂਦਾ ਅਵਤਾਰ ਹੈ ਤੇ ਗੁਰੂ ਨੇ ਬਾਣੀ ਵਿੱਚ ਵੀ ਕਹਿ ਦਿੱਤਾ ਕਈ ਕੋਟ ਹੋਏ ਅਵਤਾਰ ਕੋਈ ਵੱਖਰੀ ਗੱਲ ਥੋੜ੍ਹਾ ਹੋਵੇ ਕਈ ਜੁਗਤ ਕਿੰਨੋ ਵਿਸਥਾਰ ਕਈ ਵਾਰ ਪਸਰੋ ਪ੍ਰਸਾਰ ਪਰ ਸਦਾ ਸਦਾ ਇੱਕ ਇੱਕ ਅੰਕਾਰ ਉਹ ਸਦਾ ਸਦਾ ਹੈ ਇਹ ਸਦਾ ਸਦਾ ਨਹੀਂ ਗੱਲਾਂ ਵਿਚਾਰਨ ਵਾਲੀਆਂ ਫਿਰ ਇੱਕ ਸੰਸਾਰ ਦੀ ਹਿਸਟਰੀ ਕੀ ਸੰਸਾਰ ਦੀ ਇੱਕ ਮਰਿਆਦਾ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ
वो एक दुनिया का सुभाव है, आदत है, स्थूल दुनिया संसार अंदर जदों कौम ते मजहब वख वख होंदे ने, अपनी आइडेंटिटी अपनी पछाण वख करदे ने, भावें उसे की होने दा बल असीं पढ़ रहे हां, जदों लग रहे खालसा न्यारा मसला न्यारेपन दा, जदों अपना न्यारापन साबित करदे ने ते तिन्नों ही चीज़ धर्म तां वखरे हो ही नहीं सकदे। लोक ख्याल करो उसका धर्म कदे किसी का वखरा नहीं होंगे, क्योंकि धर्म तो गुणा का ना है। मैं एक बार कही थी सच धर्म है, तो यह कदे किसी ने आख्या हिंदू वाला सच हो कि मुसलमान वाला सच हो, सच तो सच है, धर्म कभी वख नहीं होंगे। जो भी होंगे ने मजहब, मजहब वख होते हैं, मजहब कल्चर का हिस्सा है। मैं अर्ज की किसी को कि भाई गुरदास जी ने भी जिते वख वख का मसला आया ना, उ लफज मजहब वरते हैं, चार वर्ण चार मजहब जग में हिंदू मुसलमान है, कल्चर कल्चर दिया तीन चीजा होंगे ने मेन, तीन चीज शब्दावली बोली पहरावा खासनेस ते खुराक खाना उनका कुछ निश्चित कर, ये तीन चीजा किसी ना किसी ढंग नाल वख कर देने नाल ओ मनो कहता है भी मेरी कौम मेरा मजबा है। तीन चीजा वखरिया, खाने विच भी मसला आ गया, हिंदू ने आख्या मैं गऊ नहीं खानी, मुसलमान ने आख्या मैं सूर नहीं खाना, खुराक का मसला। भाई गुरदास जी ने भी एक लफ्ज कहते, उन्हें आख्या मेरा खुदा जड़ा है, मेरा रब रब जड़ा है, नाम है राम रखना, हिंदू ने राम रख लिया, राम राम कहना, राम राम कहना, फिर वापस भी जलो मिलते हैं उदो राम राम ही कहने, उन्हें राम रख लिया। मुसलमान ने आख्या नहीं, जे मैं भी राम ही रख दिता तो लोग समझे हिंदू, क्यों जो पछाण का मसला आया उदो आ चीजा नहीं। मैं तीन चीजा कल्चर द्वारा असर कर रहा, उन्हें आख्या मैं लोग समझ लग पे हिंदू ही, उन्हें आख्या हा बिच पा दिया, मैं राम नहीं कहना, रारे ते मम्मे के दरम्यान में हा हा पा दिया, रहीम कह दिया, मेरे अंदर फर्क होना चाहिए। हम कोई राम आखे तो असं भी समझने भी हिंदू है, जरा राम राम कही होंगे, कोई रहीम राहीम आख मुसलमान है। भाई साहब ने भी गल आखी, कह लगे राम रहीम कहें दे एक नाम दोहरा बोरा ने, इं वक् वक् कल्चर दिखावे ने अपनी आइडेंटिटी नहीं बन के धर्म नहीं मजहब पहरावा भी अपना अपना हरकत आँदी बोलती उनकी शकल उनकी शकल सूरत पहरावा ही है सब कुछ। साढ़े शहर दस्तार का पहरावा है, सब वक् वक् इसलिए ताकि दूजे धर्म का परछावा मेरे ते ना पवे, दूजे मजहब का परछावा मेरे ते ना पवे, इसलिए यह लफ्ज आए। हुण इसे ही चीज इसे ही सुभाव नूं सामने रख के साडे सामने मसला आ गया, इसे नूं सुभाव नूं सामने रख दिया, असीं भी कहने सिख की आइडेंटिटी वखरी है, उनका पहरावा पछाण वखरी है, असीं अज भी साडी लड़ाई तो पछाण हुई है ना, बार बार असीं कहे जाने खालसा न्यारा सिख वखरी कौम, तो वह मसला तो साढ़े सामने भी आ गया। मैं थोड़ा जिते पहुंचना चाहना सारी गल करने, वो मसला साढ़े सामने भी आया कि असी अपनी पछाण कायम वखरी करनी है, पछाण तो साड़ी होगी कि असी झटका खाना है, गऊ का हलाल नहीं खाना। चलो मैं खान एक एग्जाम्पल मैं पेश कर रहा, पहरावे में साड़ी दस्तार आ गई, साड़ा स्वरूप आ गया, हम जपन में आ गया, वो राम कह रहा और रहीम कह रहा, असी की करिए लो ऐसे रुकना चाहिए, असी रहीम आखा लोग सू मुसलमान समझ।
ਜੇ ਸ਼੍ਰੀ ਰਾਮ ਆਖਾਂ ਵੀ ਲੋਕ ਸਾਨੂੰ ਹਿੰਦੂ ਸਮਝਣਗੇ। ਕਦੇ ਸਿੱਖ ਨੇ ਵੀ ਕਿਸੇ ਨੂੰ ਮਿਲਣ ਤੋਂ ਬਾਅਦ ਆਖਿਆ ਰਾਮ ਰਾਮ? ਸੋਚਣਾ ਪੈਂਦਾ। ਹਾਲਾਂਕਿ ਭਾਵੇਂ ਅਸੀਂ ਸਪਸ਼ਟ ਕਰ ਚੁੱਕੇ ਹਾਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਰਾਮ ਰਾਮ ਲਫ਼ਜ਼ ਹਜ਼ਾਰਾਂ ਵਾਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਗੱਲ ਵੱਖਰੀ ਹੈ, ਸੋਈ ਰਾਮ ਸਭਾ ਕਹੇ ਸੋਈ ਕੌ ਦਿਖਾ, ਹੈ ਨਾ ਰਾਮ ਰਾਮ। ਇਹ ਤਾਂ ਕਿਸੇ ਹਰ ਇੱਕ ਨੇ ਨਹੀਂ ਪੁੱਛਣਾ, ਨਾ ਹਰ ਇੱਕ ਨੂੰ ਪਛਾਣ ਆਉਣੀ ਹੈ। ਮਸਲਾ ਤਾਂ ਇਹ ਕਿ ਜਦੋਂ ਅਸੀਂ ਰਾਮ ਰਾਮ ਆਖਾਂਗੇ ਲੋਕ ਸਾਨੂੰ ਹਿੰਦੂ ਸਮਝਣ। ਮਸਲਾ ਤਾਂ ਕਿਸੇ ਨੇ ਆਖਣਾ ਤੂੰ ਰਾਮ ਰਾਮ ਕਿਹੜਾ ਕਹਿ ਰਿਹਾ, ਕੌਤਕ ਹਾਰ ਵਾਲਾ ਕਿ ਸਭੇ ਕਹਿ ਵਾਲਾ, ਕਿਸੇ ਨੇ ਇਸ ਗੱਲ ਦੀ ਪਛਾਣ ਕਰਨੀ। ਸਾਨੂੰ ਆਈਡੈਂਟੀ ਚਾਹੀਦੀ, ਉਹ ਮਸਲਾ ਕੀ ਆਇਆ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਰਾਮ ਲਫ਼ਜ਼ ਆਇਆ, ਇਹਦਾ ਮਤਲਬ ਪ੍ਰਵਾਨਗੀ ਹੈ ਰਾਮ ਰਾਮ ਲਫ਼ਜ਼ ਦੀ, ਇਹਨੂੰ ਅਕਸੈਪਟ ਕੀਤਾ ਗਿਆ। ਫਿਰ ਅਸੀਂ ਕਿਉਂ ਨਹੀਂ ਕਹਿੰਦੇ? ਕਹਿੰਦੇ ਅਸੀਂ ਵਾਹਿਗੁਰੂ ਸ਼ਬਦ ਕਿਉਂ ਨਿਸ਼ਚਿਤ ਕੀਤਾ? ਅਸੀਂ ਆਪਣੇ ਸਿਮਰਨ ਵਿੱਚ ਵਾਹਿਗੁਰੂ ਕਿਹਾ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਸ਼ਬਦ ਬਹੁਤ ਹੀ ਵਾਰ ਹੈ ਨਹੀਂ, ਕੇਵਲ 16 ਵਾਰ ਹੈ, ਉਹ ਵੀ ਸਵਾਈਆਂ ਵਿਚਾਰ ਕੇਵਲ 16 ਵਾਰ, ਜਿਹਦੇ ਚੋਂ 3 ਵਾਰ ਵਾਹਿਗੁਰੂ, 17 ਵਾਰ ਵਾਹਿਗੁਰੂ, ਕੇਵਲ 16 ਵਾਰ ਵਾਹਿਗੁਰੂ, ਟੋਟਲ 16 ਵਾਰ, 14 ਵਾਰ ਅਤੇ 3 ਵਾਰ, 13 ਵਾਰ ਅਤੇ 3 ਵਾਰ। ਫਿਰ ਵੀ ਅਸੀਂ ਵਾਹਿਗੁਰੂ ਸ਼ਬਦ ਕਿਉਂ ਨਿਸ਼ਚਿਤ ਕੀਤਾ? ਅਸੀਂ ਗੁਰਦੁਆਰੇ ਵੀ ਦੇਖਦੇ ਹਾਂ ਜਦੋਂ ਸਿਮਰਨ ਕਰਾਉਂਦੇ, ਅੱਜ ਸਿਮਰਨ ਦਾ ਦਿਨ ਹੈ ਜੀ, ਨਾਮ ਸਿਮਰਨ, ਉੱਥੇ ਵਾਹਿਗੁਰੂ ਸ਼ਬਦ ਦਾ ਜਾਪ ਕਰਾਉਂਦੇ ਨੇ, ਆਰਾਮ ਨਾਲ ਦਾ ਨਹੀਂ ਕਰਾਉਂਦੇ। ਕਰਾਉਣਗੇ ਤਾਂ ਅਸੀਂ ਵੀ ਪਰੇਸ਼ਾਨ ਹੋਵਾਂਗੇ, ਲੋਕਾਂ ਨੂੰ ਵੀ ਭੁਲੇਖਾ ਹੋਏ, ਕਦੇ ਕੋਈ ਤੋਂ ਰਹਿਣ ਨਹੀਂ, ਕਿਉਂਕਿ ਉਸ ਨਾਮ ਅਤੇ ਲਫ਼ਜ਼ 'ਤੇ ਹਿੰਦੂ ਨੇ ਕਿਉਂ ਕਰ ਲਿਆ, ਉਹਨੇ ਆਰਾਮ ਆਰਾਮ ਕਹਿਣਾ, ਅਸੀਂ ਨਹੀਂ ਕਹਿਣਾ। ਮੈਂ ਜਿੱਥੇ ਜਾਣਾ ਚਾਹੁੰਦਾ, ਮੈਂ ਕਹਿੰਦਾ ਵੀ ਚਲੋ ਤਲਾ ਇੱਥੇ ਜਰਾ ਖੋਲ ਖਲੋ ਕੇ ਸੋਚਿਓ ਵੀ ਅਸੀਂ ਤੇ ਰਾਮ ਰਾਮ ਰਿਕਮੈਂਡੇਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਣ ਦੇ ਬਾਵਜੂਦ ਨਹੀਂ ਕਹਿੰਦੇ, ਤਾਂ ਕਿ ਸਾਨੂੰ ਕੋਈ ਹਿੰਦੂ ਨਾ ਸਮਝ ਲੈ। ਅਸੀਂ ਕਿਹਨੂੰ ਕਿਹਨੂੰ ਸਮਝਾਵਾਂਗੇ ਵੀ ਅਸੀਂ ਉਸ ਰਾਮ ਨੂੰ ਨਹੀਂ, ਰਾਮ ਚੰਦਰ ਨੂੰ ਨਹੀਂ, ਸਾਡਾ ਰਾਮ ਹੋਰ, ਕਿਹਨੂੰ ਕਿਹਨੂੰ ਸਮਝਾਵਾਂਗੇ? ਅਸੀਂ ਇਸ ਲਈ ਰਾਮ ਸ਼ਬਦ ਰਿਕਮੈਂਡੇਸ਼ਨ ਹੋਣ ਦੇ ਬਾਵਜੂਦ ਵੀ ਨਹੀਂ ਵਰਤਦੇ ਸਿਮਰਨ, ਨਾਮ ਸਿਮਰਨ ਵਾਸਤੇ ਵੀ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਥੋੜ੍ਹਾ ਪਰ ਵਾਹਿਗੁਰੂ ਸ਼ਬਦ ਦੀ ਵਰਤੋਂ ਸ਼ੁਰੂ ਕਰਦੇ ਹਾਂ, ਉਹ ਤਾਂ ਸਾਡੀ ਵੱਖਰੀ ਪਛਾਣ ਹੋਣੀ ਚਾਹੀਦੀ ਨਾ, ਉਹ ਹੈ ਕਲਚਰ, ਉਹਦੇ ਵਿੱਚ ਇਹ ਚੀਜ਼ ਹੈ ਨਾ। ਪਰ ਮੈਂ ਪੁੱਛਦਾ ਆਰਾਮ ਸ਼ਬਦ ਤਾਂ ਅਸੀਂ ਇਸ ਲਈ ਛੱਡ ਦਿੱਤਾ ਕਿ ਸਾਨੂੰ ਕੋਈ ਹਿੰਦੂ ਨਾ ਆਖੇ, ਇਹ ਸਾਡੀ ਮਜਬੂਰੀ ਹੈ, ਇਸ ਲਈ ਛੱਡ ਦਿੱਤਾ। ਪਰ ਮੈਂ ਪੁੱਛਦਾ ਜਦੋਂ ਤੁਸੀਂ ਕਹਿੰਦੇ ਹੋ ਮਾਂ ਕਾਲ ਰਖਵਾ ਰਮਾਰੋ, ਜਦੋਂ ਤੁਸੀਂ ਕਹਿੰਦੇ ਹੋ ਪ੍ਰਸੰਨ ਭਗਵਤੀ ਸਿਮਰ ਕੇ, ਉਦੋਂ ਤੁਹਾਨੂੰ ਇਹ ਖਿਆਲ ਨਹੀਂ ਆਉਂਦਾ ਵੀ ਕ੍ਰਿਸ਼ਨ ਹਿੰਦੂ ਆਖੇਗਾ? ਉਹ ਕਹਿੰਦੇ ਨੇ ਇਸੇ ਆਧਾਰ 'ਤੇ ਹਿੰਦੂ ਤਸੱਲੀ ਦੁਆ ਕੇ ਕਹਿੰਦਾ ਜੇ ਇਹਨਾਂ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਦੇਵੀ ਦੇਵਤਿਆਂ 'ਚ ਕਰੇ, ਉਹਦੇ ਬਿਨਾਂ ਸਿੱਖੀ ਕਾਇਮ ਨਹੀਂ ਰਿਹਾ, ਸਿੱਖੀ ਦੀ ਆਪਣੀ ਕੋਈ ਪਛਾਣ ਨਹੀਂ ਰਹੀ। ਉਹ ਰਾਮ ਜਿਹੜਾ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਤੇ ਤੂੰ ਸਿਆਣਪ ਕੀਤੀ, ਛੱਡ ਦਿੱਤਾ, ਇਸ ਲਈ ਕੇਵਲ ਕਿ ਮੈਨੂੰ ਕੋਈ ਹਿੰਦੂ ਨਾ ਆਖੇ, ਮੇਰਾ ਨਿਆਰਾਪਣ, ਮੇਰੀ ਜਿਹੜੀ ਆਈਡੈਂਟੀ ਕਾਇਮ ਰਹਿ ਜਾਏ। ਪਰ ਇੱਥੇ ਤੈਨੂੰ ਉਹ ਸਿਆਣਪ ਕਿਹੜੀ ਚਿੰਤਾ ਹੋਵੇ, ਉਹੋ ਹੀ ਗੁਣਾਂ ਤੂੰ ਕਰੀ ਜਾਂਦਾ ਰੋਜ਼, ਇਹ ਨਹੀਂ ਸੋਚਦਾ ਵੀ ਰਾਮ ਰਾਮ ਕਹਿਣ ਨਾਲ ਮੈਨੂੰ ਹਿੰਦੂ ਆਖਦੇ ਨੇ ਤੇ ਭਗਵਤੀ ਤਥੋਂ ਭਗਵਤੀ ਕਹਿਣ ਨਾਲ ਜਾਂ ਮਾਂ ਕਾਲ ਰਖਵਾਰੋ ਹਮਾਰੋ ਕਹਿਣ ਨਾਲ ਮੈਨੂੰ ਹਿੰਦੂ ਨਹੀਂ ਆਖਣਗੇ। ਉਹ ਤਾਂ ਕਰੀ ਜਾਂਦਾ ਬਸ ਜਾਗਰ ਦੀ ਆਟ ਹੋ ਗਏ। ਜੇ ਤਾਂ ਤੂੰ ਆਪਣਾ ਖਾਲਸਾ ਨਿਆਰਾ ਵਾਲੀ ਗੱਲ ਕਰਨੀ ਹੈ, ਜੇ ਤਾਂ ਤੂੰ ਆਪਣੇ ਆਈਡੈਂਟੀ ਵੱਖਰੀ ਪਛਾਣ ਪੈਦਾ ਕਰਨੀ ਹੈ, ਧਰਮ ਦੀ ਨਹੀਂ ਮਸਜਿਦ ਦੀ ਕਲਚਰ ਦੀ ਕਰਨੀ ਹੈ, ਤਾਂ ਤੈਨੂੰ ਇਹ ਵੀ ਛੱਡਣਾ ਪਏਗਾ ਕਿ ਪ੍ਰਥਮ ਭਗਵਤੀ ਮੈਂ ਨੂੰ ਸਿਮਰਾਂ, ਕਿ ਦੁਰਗਾ ਨੂੰ ਸਿਮਰਾਂ, ਕਿ ਮਾਂ ਕਾਲ ਰਖਵਾਰ ਹਮਾਰਾ ਨੂੰ ਸਿਮਰਾਂ, ਇਹ ਵੀ ਫੈਸਲਾ ਕਰਨਾ ਪਏਗਾ। ਨਹੀਂ ਤੇ ਇੱਕ ਛੱਡ ਕੇ ਤਿੰਨਾਂ ਨੂੰ ਚੋਂ ਨੂੰ ਤੁਹਾਈ ਤਿਹਾਈ ਜਾਏਗਾ ਤੇ ਫਿਰ ਤਾਂ ਬਰਾਬਰ ਹੈ, ਇੱਕ ਨਾਲੋਂ ਵੱਡੀ ਗਲਤੀ ਕਰੀ ਜਾ ਰਿਹਾ ਹੈ।
ਤੇ ਜੇ ਉਹ ਗਲਤੀ ਕਰਨੀ ਤਾਂ ਫਿਰ ਗੁਰੂ ਤਾਂ ਇੱਥੋਂ ਤੱਕ ਆਖ ਰਿਹਾ ਹੈ, ਬੜਾ ਰਿਕਮੈਂਡ ਕਰ ਰਿਹਾ ਤੇ ਲਫ਼ਜ਼ ਕਹਿੰਦਾ ਅੰਤਕਾਲ ਨੇ ਫਿਰ ਫਿਰ ਰੋਏ, ਤੈਨੂੰ ਫਿਰ ਫਿਰ ਰੋਣਾ ਨਹੀਂ ਪਏਗਾ। ਤੇ ਉਹ ਤੇ ਆਪੇ ਰੋਂਦਾ ਰੋਵੇ, ਰਾਮ ਨਿਕਾਲਾ ਪਾ ਬਾਣੀ ਪੀ ਆਖਦੀ ਤੇਰਾ ਰੋਣਾ ਕਿਵੇਂ ਖਤਮ ਕਰੇਗਾ। ਰੋਵੇ ਰਾਮ ਨੇ ਕਾਲਾ ਪਾਇਆ, ਸੀਤਾ ਲਖਮਣ ਵਿੱਚ ਗਿਆ, ਜਿਹੜਾ ਸੰਸਾਰਿਕ ਮਨੁੱਖਾਂ ਦੇ ਰਿਸ਼ਤਿਆਂ ਦੇ ਵਿਛੜਨ ਨਾਲ ਆਪ ਜੰਗਲ ਵਿੱਚ ਰੋਂਦਾ ਫਿਰਦਾ ਹੈ, ਉਹ ਤੇਰੇ ਰੋਣੇ ਕਿੱਥੇ ਖਤਮ ਕਰੇਗਾ। ਇਸੇ ਲਈ ਗੁਰੂ ਤਾਂ ਸਪਸ਼ਟ ਕਰਦਾ ਹੈ ਕਿ ਮੇਰਾ ਰਾਮ ਉਹ ਹੈ ਜਿਹੜਾ ਸਰਵ ਸ਼ਕਤੀਮਾਨ, ਮੇਰਾ ਰਾਮ ਉਹ ਹੈ ਜਿਹਦੇ ਵਿੱਚ ਸਾਰੀਆਂ ਬਰਕਤਾਂ ਅਤੇ ਸਮਰੱਥਾ ਨੇ। ਆ ਤੂੰ ਉਸ ਨੂੰ ਸਿਮਰਨ ਲੱਗਿਆ ਸੰਕੋਚ ਨਾ ਕਰ। ਹਾਂ, ਜੇ ਤੂੰ ਉਸ ਰਾਮ ਨੂੰ ਵਾਹਿਗੁਰੂ ਸ਼ਬਦ ਦੇ ਲਫ਼ਜ਼ ਨਾਲ ਸਿਮਰਦਾ, ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਤੇਰਾ ਨਜ਼ਰੀਆ ਰਾਮ ਛੱਡਣਾ ਨਹੀਂ, ਤੇਰਾ ਨਜ਼ਰੀਆ ਹੈ ਕਿ ਮੇਰੀ ਆਪਣੀ ਆਈਡੈਂਟੀ ਕਾਇਮ ਰਹਿ ਜਾਏ। ਉਹਦੇ ਲਈ ਤੈਨੂੰ ਫਿਰ ਮਹਾਕਾਲ ਵੀ ਛੱਡਣਾ ਪਏਗਾ, ਉਹਦੇ ਲਈ ਤੈਨੂੰ ਦੁਰਗਾ ਵੀ ਛੱਡਣੀ ਪਏਗੀ, ਉਹਦੇ ਲਈ ਤੈਨੂੰ ਭਗਵਤੀ ਵੀ ਛੱਡਣੀ ਪਏਗੀ। ਫਿਰ ਬੜੀ ਖੁਸ਼ੀ ਨਾਲ ਛੱਡ ਕਿ ਗੁਰੂ ਕਹਿੰਦੇ ਨੇ ਵਿਚਾਰਹੀਨ ਹੋ ਜਾਂਦੇ ਹਾਂ ਅਤੇ ਹੋਏ ਰਹੇ ਹਾਂ, ਉਹਦਾ ਨਤੀਜਾ ਅੱਜ ਕੌਮ ਵਿੱਚ ਉਹ ਹਾਲਾਤ ਪੈਦਾ ਹੋਏ ਕਿ ਇੱਕ ਇੱਕ ਦੇ ਵਿਚਾਰ ਨਹੀਂ ਮਿਲਦੇ, ਕਿਉਂਕਿ ਵਿਚਾਰ ਦੇ ਸਤਾ 'ਤੇ ਆ ਕੇ ਬੈਠੇ ਹੀ ਨਹੀਂ। ਸਗੋਂ ਬਖਸ਼ਿਸ਼ ਕਰੇ ਸਾਨੂੰ ਵਿਚਾਰ ਦੀ ਸਤਾ 'ਤੇ ਲਿਆ ਕੇ ਇਕੱਠੇ ਬਿਠਾਵੇ, ਤਾਂ ਕਿ ਉਸ ਵਿਚਾਰ ਵਿੱਚੋਂ ਹੀ ਨਿਰੰਕਾਰ ਦਾ ਅਸਲ ਰੂਪ ਸਾਡੇ ਸਾਹਮਣੇ ਆਵੇ, ਜਿਹਨੂੰ ਅਸੀਂ ਪਛਾਣ ਸਕੀਏ। ਇਹਨਾਂ ਸ਼ਬਦਾਂ ਨਾਲ ਫਿਲਮਾਂ ਦਾ ਗਾ ਚੁੱਕਾ, ਰਾਤ ਵੀ ਅਰਜ਼ ਕੀਤੀ ਸੀ, ਖੁਸ਼ੀ ਹੈ ਖੇਡੀਆ ਤੋਂ, ਚੰਡੀਗੜ੍ਹ ਤੋਂ ਭਾਈ ਸਾਹਿਬ ਵੀ ਰਜਿੰਦਰ ਸਿੰਘ ਵੀ ਆਏ ਹੋਏ ਨੇ, ਉਹਨਾਂ ਨੇ ਵੀ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਨੇ, ਇਸ ਲਈ ਮੈਂ 10-12 ਮਿੰਟ 15 ਮਿੰਟ ਸਮਾਂ ਇੱਧਰ ਉਸਨੂੰ ਸੋਚਿਆ ਕਰਕੇ ਇੱਕ ਵਜੇ ਤੱਕ ਕਰਨ ਦੇ ਪਾਉਣੇ ਇੱਕ ਤੱਕ ਕਰਾਂ, ਬਾਕੀ ਸਮਾਂ ਉਹ ਵਧਾ ਲੈਣਗੇ। ਸੋ ਉਹਨਾਂ ਨਾਲ ਆਪਾਂ ਬੈਠ ਕੇ ਗੁਰਮਤੀਆਂ ਇਹਨਾਂ ਵਿਸ਼ਿਆਂ 'ਤੇ ਹੀ ਵਿਚਾਰਾਂ ਦੀ ਸਾਂਝ ਹੈ ਬਣੀ ਹੋਈ,
ਉਹਨੂੰ ਤੁਹਾਡੇ ਨਾਲ ਸਾਂਝਾ ਕਰਨਾ। ਆਓ, ਵਾਹਿਗੁਰੂ ਜੀ ਕਾ ਖਾਲਸਾ।